ਸਤਿ ਸ੍ਰੀ ਅਕਾਲ ਦੋਸਤੋ ਵੈਲਕਮ ਸਾਰਿਆਂ ਦਾ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੇ ਮੈਂ ਆ ਅਮਰਪ੍ਰੀਤ ਤੇ ਸਵਾਗਤ ਕਰਾਂਗਾ ਅੱਜ ਦੀ ਵੀਡੀਓ ਦੇ ਵਿੱਚ ਉਮੀਦ ਹੈ ਸਾਰੇ ਠੀਕ ਠਾਕ ਹੋਵੋਗੇ ਜਿੱਥੇ ਹੋਵੋਗੇ ਤੇ ਤੰਦਰੁਸਤ ਰੱਖੇ ਪਰਮਾਤਮਾ ਚੜ੍ਹਦੀ ਕਲਾ 'ਚ ਰੱਖੇ ਸਾਰਿਆਂ ਨੂੰ ਇਸ ਤਰ੍ਹਾਂ ਹੱਸਦੇ ਵਸਦੇ ਰਹੋ ਸਾਰੇ ਤੇ ਜਿਹੜੇ ਨਵੇਂ ਸਬਸਕ੍ਰਾਈਬ ਕਰ ਲਿਓ ਪਲੀਜ਼ ਜਿਹੜੇ ਇਸ ਵੀਡੀਓ ਤੇ ਨਵੇਂ ਨੇ ਦੋਸਤੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕਸ ਚੈਨਲ ਨੂੰ ਸਪੋਰਟ ਕਰਨ ਲਈ ਤੇ ਅੱਜ ਜਸਟ ਆਪਾਂ ਕੋ ਇਨਫੋਰਮੇਸ਼ਨ ਸ਼ੇਅਰ ਕਰਨੀ ਹੈ ਥੋੜੀ ਜੀ ਤੇ ਆ ਐਕਚੁਅਲੀ ਕੀ ਆ ਮੈ ਖਬਰ ਪੜੀ ਸੀ ਹੁਣੇ ਹੁਣੇ ਕਿ ਆ ਇਟਲੀ ਦੇ ਸਿਸਲੀ ਸਿਸਲੀ ਪੋਰਟ ਦੇ ਉੱਪਰ ਇੱਕ ਸ਼ਿਪ ਖੜਾ ਜਿੱਥੇ 250 250 ਬੰਦਾ ਉਹਦੇ ਵਿੱਚ ਇਲੀਗਲ ਮਿਗ੍ਰੈਂਟਸ ਸਾਰੇ ਅਫਰੀਕਾ ਤੋਂ ਜਿੱਦਾਂ ਉਹਨਾਂ ਨੂੰ ਸਮਗਰ ਕੀਤਾ ਗਿਆ ਵਾ ਆ ਮੈਡੀਟੇਰੀਅਨ ਸੀ ਰਾ ਸੀ ਦੇ ਥਰੂ ਤੇ ਜਿਹੜਾ ਕਿ ਹੁਣ ਇੱਕ ਸ਼ਿਪ ਲੱਗਾ ਹੋਇਆ ਵਾ ਇਟਲੀ ਦੇ ਸਿਸਲੀ ਪੋਰਟ ਦੇ ਉੱਪਰ ਇਹ ਐਕਚੁਅਲੀ ਰੈਸਕਿਊ ਕੀਤਾ ਇਹਨਾਂ ਸਾਰਿਆਂ ਨੂੰ ਇੱਕ ਚੈਰਿਟੀ ਹੈਗੀ ਹੈ ਹਿਊਮਨਿਟੀ ਚੈਰਿਟੀ ਵਨ ਯੂਰਪ ਦੀ ਤੇ ਉਹਨਾਂ ਸਾਰਿਆਂ ਨੂੰ ਉਹਨਾਂ ਨੇ ਰੈਸਕਿਊ ਕਰਕੇ ਤੇ ਇਸ ਸ਼ਿਪ ਦੇ ਥਰੂ ਤੇ ਇਟਲੀ ਦੇ بندرگاہ ਦੇ ਉੱਪਰ ਲੱਗਾ ਸ਼ਿਪ ਤੇ ਇਹਦੇ ਵਿੱਚ ਜਿਹੜੇ ਊਮਨਸ ਤੇ ਬੱਚੇ ਸੀਗੇ ਉਹਨਾਂ ਨੂੰ ਤਾਂ ਅਲਾਉ ਕਰਤਾ ਉਹਨਾਂ ਨੇ ਇਟਲੀ ਗਵਰਨਮੈਂਟ ਨੇ ਉਹਨਾਂ ਨੂੰ علاوہ ਘਾਤਾ ਇੰਟਰ ਬਟ ਜਿਹੜੇ ਮੈਨ ਜਿਹੜੇ ਆਦਮੀ ਆ ਮੋਸਟਲੀ ਉਹਨਾਂ ਨੂੰ ਹਾਲੀ ਤੱਕ ਉਹ ਸ਼ਿਪ ਦੇ ਅੰਦਰ ਹੀ ਆ ਉਹਨਾਂ ਨੂੰ ਅਲਾਉ ਨਹੀਂ ਕਰ ਰਹੇ ਸੋ ਇਹ ਜਿਹੜੀ ਸਿਚੁਏਸ਼ਨ ਬੜੀ ਨਾਜਿਕੋ ਜਿਹੀ ਬਣੀ ਹੋਈ ਆ ਪਤਾ ਨਹੀਂ ਉਹਨਾਂ ਦਾ ਕੀ ਹੋਣਾ ਉਹਨਾਂ ਨੂੰ ਮੋੜ ਦੇਣਾ ਜਾਂ ਕੀ ਹੋਣਾ ਸੋ ਵੀਰੋ ਜਿਹੜਾ ਕਦਮ ਚੁੱਕਣਾ ਤੁਸੀਂ ਦੋ ਨੰਬਰ ਦਾ ਯੂਰਪ ਜਾਣ ਲਈ ਧਿਆਨ ਨਾਲ ਚੱਕੋ ਸੋ ਸਮਝ ਕੇ ਚੱਕੋ ਕਿਉਂਕਿ ਹਾਲਾਤ ਚੰਗੇ ਨਹੀਂ ਹੈਗੇ ਇਸ ਟਾਈਮ ਯੂਰਪ ਦੇ ਵਿੱਚ ਕੋਈ ਕਿਉਂਕਿ ਉੱਥੇ ਵੀ એનર્ਜੀ ਗੈਸ ਦੀ ਪ੍ਰਾਈਸਾਂ ਦਾ ਵਧੀਆਂ ਹੋਈਆਂ ਵਾ এমਪਲੋਇਮੈਂਟ 7% ਹੋ ਗਿਆ ਵਾ ਤੇ ਜਿਹੜੇ ਪਹੁੰਚੇ ਹੋਣਗੇ ਉਹ ਜੋਬਾਂ ਨਹੀਂ ਹੈਗੀਆਂ ਇਸ ਟਾਈਮ ਨੂੰ ਜਦੋਂ ਪਤਾ ਲੱਗਾ YouTube ਦੀ ਵੀਡੀਓ ਦੇਖੀ ਰਹੀਆਂ ਮੈਂ ਹੋਰਾਂ ਤੋਂ ਵੀ ਜਿਹੜੇ 10000 ਦੋਸਤਾਂ ਕੋਲੋਂ ਕੰਟੈਕਟ ਕੀਤਾ ਵਾ ਤੇ ਉਹਨਾਂ ਸਾਰਿਆਂ ਨੇ ਇਹ ਦੱਸਿਆ ਕਿ ਜਿਹੜੇ ਆਏ ਹੋਏ ਇਸ ਟਾਈਮ ਨਵੇਂ ਉਹਨਾਂ ਕੋ ਲਿਜਾਬਾਨੀ ਹੰਗਿਆ ਫਿਲਹਾਲ ਕਿਉਂ ਇੱਕ ਵਿੰਟਰ ਆ ਗਿਆ ਵਿੰਟਰ ਕਰਕੇ ਜੋ ਬਾਹਰ ਦੇ ਬਾਹਰ ਦੇ ਕੰਮ ਸਾਰੇ ਤਕਰੀਬਨ ਬੰਦ ਹੋ ਜਾਂਦੇ ਆ ਤੇ ਇਸ ਕਰਕੇ ਜਿਹੜਾ ਰਸਤਾ ਵੀ ਆ ਜਿਹੜਾ 2 ਨੰਬਰ ਵਾਲਾ ਸਰਬੀਆ ਰਾਹੀਂ ਉਹ ਵੀ ਤਕਰੀਬਨ ਹੁਣ ਬੰਦ ਹੀ ਆ ਕਿਉਂਕਿ ਬਰਫ ਹਰ ਪੈ ਜਾਂਦੀ ਉਹਦੇ ਕਰਕੇ ਸਨੋ ਪੈ ਜਾਂਦੀ ਹੈ ਠੰਡ ਹੋ ਜਾਂਦੀ ਹੈ ਤੇ ਰਸਤਾ ਕਾਫੀ ਬੰਦ ਹੋ ਜਾਂਦਾ ਵਾ ਤੇ ਤੁਸੀਂ ਇਸ ਟਾਈਮ ਕੋਈ ਸਟੱਪ ਨਾ ਲਿਓ ਜਾਣਦਾ ਜੋ ਇੰਡੀਆ ਦੇ ਵਿੱਚ ਤੁਸੀਂ ਕਰ ਰਹੇ ਜੇ ਕਰਦੇ ਰਹੋ ਆਪਣਾ ਜਿਹੜਾ ਤੁਸੀਂ ਜੋਬ ਕਰਦੇ ਕੰਮ ਕਰਦੇ ਇਹ ਲੱਗੇ ਰਹੋ ਤੇ ਨੈਕਸਟ ਇਅਰ ਸਮਰ ਦੇ ਵਿੱਚ ਤੁਸੀਂ ਫਰਵਰੀ ਤੋਂ ਸਟਾਰਟ ਕਰ ਸਕਦੇ ਆ ਆਪਣੀ ਕੋਈ ਵੀ ਟ੍ਰਿਪ ਤੁਸੀਂ ਕਰਨੀ ਜਿਹੜੀ ਯੂਰਪ ਲਈ ਤੇ ਮੈਂ ਤੁਹਾਨੂੰ ਪਤਾ ਹੈ ਮੈਂ ਡੌਂਕੀ ਨੂੰ ਬਿਲਕੁਲ ਰეკਮੈਂਡ ਨਹੀਂ ਕਰਦਾ ਨਾ ਮੈਂ ਕਿਸੇ ਨੂੰ ਰეკਮੈਂਡ ਕਰਦਾ ਨਾ ਮੈਂ ਸਪੋਰਟ ਕਰਦਾ ਡੌਂਕੀ ਦੀ ਵਰਕ ਪਰਮਿਟ ਤੇ ਜਾਓ ਲੀਗਲ ਤਰੀਕੇ ਨਾਲ ਜਾਓ ਆਪਣੀ ਜੋਬ ਨੂੰ ਸਕੇਅਰ ਕਰਕੇ ਹੱਥ ਦੇ ਵਿੱਚ ਉੱਥੇ ਜਾ ਕੇ ਟੀਆਸੀ ਕਾਟ ਲਓ ਸਾਰਾ ਕੁਝ ਤੁਹਾਨੂੰ ਰਾਈਟਸ ਮਿਲਦੇ ਆ ਤੇ ਦੂਜੀ ਤੀਸਰੀ ਗੱਲ ਮੈਂ ਕਰਨੀ ਆ ਕਿ ਯੂਰੋਪਾਲ ਜਿਹੜੀ ਕਿ ਅ ਨੰਬਰ 1 ਏਜੰਸੀ ਹੈਗੀ ਯੂਰਪ ਦੀ ਉਹਨੂੰ ਕਾਫੀ ਜਗ੍ਹਾ ਤੇ ਛਾਪੇ ਮਾਰੇ ਆ ਅ ਯੂਰਪ ਦੇ ਵਿੱਚ ਤੇ ਬਾਲਕਨ ਬਾਲਕਨਸ ਕੰਟਰੀਸ ਜਿਹੜੀਆਂ ਨੇ ਉੱਥੇ ਕਾਫੀ ਸਰਚ ਆਪਰੇਸ਼ਨ ਰਿਆ ਦਾ ਤੇ ਏਜੰਟ ਬੜੇ ਫੜੇ ਉਹਨਾਂ ਨੇ ਏਜੰਟਾਂ ਦੀ ਨਹੀਂ ਰੀ ਲੈਂਦੀ ਚੰਗੀ ਉਹਨਾਂ ਨੇ ਅ ਏਜੰਟ ਤਿੰਨ ਤਿੰਨ ਏਜੰਟ ਫੜੇ ਉਹਨਾਂ ਨੇ ਉੱਥੇ ਬੈਲਜੀਅਮ ਦੇ ਵਿੱਚ ਜਿਹੜੇ ਕਿ ਅ ਅ ਦੋ ਨੰਬਰ ਦੇ ਰਹੇ ਆ ਅ ਯੂਕੇ ਨੂੰ ਭੇਜਦੇ ਸੀਗੇ ਸਮਗਲਿੰਗ ਕਰਦੇ ਸੀਗੇ ਯੂਕੇ ਨੂੰ ਇੱਕ ਛੋਟੀਆਂ ਕਿਸ਼ਤੀਆਂ ਰਾਹੀਂ ਬੋਟਾ ਰਾਹੀਂ ਹਵਾ ਪਰ ਰਨ ਵਾਲੀ ਜਿਹੜੀਆਂ ਛੋਟੀਆਂ ਬੋਟਾ ਹੁੰਦੀਆਂ ਉਹਨਾਂ ਉਹਨਾਂ ਰਾਹੀਂ ਉਹਨਾਂ ਨੂੰ ਸਮਗਲ ਕੀਤਾ ਜਾਂਦਾ ਸੀਗਾ ਯੂਕੇ ਦੇ ਵਿੱਚ ਅਕ੍ਰੋਸ ਦਾ ਚੈਨਲ ਜਿਹੜਾ ਇੰਗਲਿਸ਼ ਚੈਨਲ ਹੈ ਉੱਥੇ ਤੇ ਉਹ ਉਹਨਾਂ ਨੇ ਤਿੰਨ ਫੜੇ ਯੂਰੋਪ ਵਾਲਾ ਲੈਣੇ ਉੱਥੇ ਬੈਲਜੀਅਮ ਦੇ ਵਿੱਚ ਦੋ ਇराकी ਤੇ ਇੱਕ ਕੁਵੇਤੀ ਨੈਸ਼ਨਲ ਤੇ 11 ਅਰੈਸਟ ਕੀਤੇ ਜਰਮਨੀ ਦੇ ਵਿੱਚ ਜਿਹੜੇ ਕਿ ਬੈਲਾਰੂਸਥਾਨੀ ਉਹਨਾਂ ਨੂੰ 2 ਨੰਬਰ ਦੇ ਜਿਹੜੇ ਜਾਂਦੇ ਡੰਕੀ ਰਾਹੀਂ ਉਹਨਾਂ ਨੂੰ ਲੈ ਕੇ ਜਾਂਦੇ ਸੀ ਹਿਊਮਨ ਟ੍ਰੈਫਿਕਿੰਗ ਸਮਗਲਿੰਗ ਕਰਦੇ ਸੀ ਜਿਹੜੇ ਜਰਮਨ ਦੇ ਵਿੱਚ ਉਹਨਾਂ ਨੇ ਯੂਰੋਪਨ 11 ਬੰਦੇ ਫੜੇ ਜਰਮਨੀ ਦੇ ਵਿੱਚ ਜਿਹੜੇ ਪੋਲੈਂਡ ਜਰਮਨੀ ਤੇ ਯੂਕੇ ਨੂੰ 2 ਨੰਬਰ ਰਾਹੀਂ ਸਮਗਲਿੰਗ ਟ੍ਰੈਫਿਕਿੰਗ ਕਰਦੇ ਸੀ ਸੋ ਜੈਂਟਾ ਦੀ ਨੇਰੀ ਚੰਗੀ ਲੈਂਦੀ ਇਹਨਾਂ ਨੇ ਤੇ ਹੋਰ ਵੀ ਇੱਕ तकरीबन ਇਹਨਾਂ ਨੇ ਅ ਇਹਦੇ ਵਿੱਚ 16000 ਇਹਨਾਂ ਦੇ ਕਰਮਚਾਰੀ এমਪਲੋਈ ਜਿਹੜੇ ਆ ਉਹ ਇਨਵੋਲ ਸੀਗੇ ਤੇ ਇਹਨਾਂ ਨੇ 74000 ਨੂੰ 74000 ਪੀਪਲਸ ਨੂੰ ਚੈੱਕ ਕੀਤਾ ਜਿਹਦੇ ਚ ਉਹਨਾਂ ਨੇ ਅਰੈਸਟ ਕੀਤੇ ਆ 1000 ਬੰਦਾ ਅਰੈਸਟ ਕੀਤਾ ਉਹਨਾਂ ਨੇ ਜਿਹਦੇ ਵਿੱਚ ਏਜੰਟ ਡਰੱਗਸ ਸਪਲਾਈਅਰਸ ਚਾਈਲਡ ਟ੍ਰੈਫਿਕਿੰਗ ਤੇ ਹੋਰ ਕਿਸਾਂ ਦੇ ਵਿੱਚ ਜਿਹੜੇ ਸੀਗੇ ਇਨਵੋਲਵ ਸੀਗੇ ਸਾਰਿਆਂ ਨੂੰ ਇਹਨਾਂ ਨੇ ਇੱਕ ਬੜੀ ਵੱਡੀ ਮੂਵਮੈਂਟ ਚਲਾਈ ਇਹਨਾਂ ਨੇ ਯੂਰੋਪ ਯੂਰੋਪੋਲ ਨੇ ਆਲ ਕਰੋਸ ਦਾ ਯੂਰਪ ਤੇ ਸਾਊਥ-ਈਸਟ ਯੂਰਪ ਦੇ ਵਿੱਚ ਸੋ ਦੋਸਤੋ ਧਿਆਨ ਨਾਲ ਜਿਹੜਾ ਸਟੈਪ ਲੈਣਾ ਤੁਸੀਂ ਧਿਆਨ ਨਾਲ ਜਾਓ ਆ ਜਲਦਬਾਜੀ ਨਾ ਕਰੋ ਤੇ ਸੋਚ ਸਮਝ ਕੇ ਜਾਓ ਤੇ ਆਪਣਾ ਪ੍ਰੋਪਰ ਵੀਜ਼ਾ ਲੈ ਕੇ ਵਰਕਰ ਪਰਮਿਟ ਤੇ ਤੇ ਫਿਰ ਜਾਓ ਸੋ ਖਬਰਾਂ ਚੰਗੀਆਂ ਨਹੀਂ ਆ ਰਹੀਆਂ ਕੁਝ ਤੇ ਉਮੀਦ ਆ ਕੇ ਅੱਗੇ ਸਭ ਕੁਝ ਸਹੀ ਹੋ ਜਾਊਗਾ ਹੌਲੀ-ਹੌਲੀ ਇਦਾਂ ਯੂਰਪ ਦੇ ਵਿੱਚ ਵੀ ਕਾਫੀ ਪ੍ਰਾਈਸਸ ਵਗੈਰਾ ਕਿਬਨ ਨੇਲੀ 50% 20 50% ਪ੍ਰਾਈਸਸ ਸਾਰੀਆਂ ਘਾਈ ਹੋਈਆਂ ਵਾ ਤੇ ਇਹਦੇ ਵਿੱਚ ਜਿਹੜੇ ਫੈਮਿਲੀ ਵਾਲੇ ਉਹਨਾਂ ਲਈ ਔਖਾ ਵਾ ਅ ਗੁਜਾਰਾ ਕਰਨਾ ਮੌਰਗੇਜ ਦੇਣੀਆਂ ਬਿਲਸ ਪੇ ਕਰਨੇ ਅ 냔ਿਆਂ ਦਾ ਬੱਚਿਆਂ ਦਾ ਲੁੱਕ ਆਫਟਰ ਸਾਰਾ ਕੁਝ ਔਖਾ ਹੋ ਜਾਂਦਾ ਵਾ ਸੋ ਦੋਸਤੋ ਅ ਸੋ ਸਮਝ ਕੇ ਸਟਾਪ ਲਓ ਲੀਗਲ ਤ੍ਰਿਕਾ ਨਾ ਜਾਓ ਆਪਣੇ ਮਿਹਨਤ ਦੇ ਪੈਸੇ ਨਾ ਏਜੰਟਾਂ ਦੀ ਜੇਬਾਂ 'ਚ ਪਾਓ ਤੇ ਵਰਕ ਪਰਮਿਟ ਤੇ ਆ ਪਰਮਿਟ ਲੈ ਕੇ ਜਾਓ ਚੰਗੀ ਤਰ੍ਹਾਂ ਜਾਓ ਤੇ TCR ਸੀ ਲੈ ਆਪਣ ਸਾਰੇ ਡਾਕੂਮੈਂਟਸ ਬਣਾਓ ਤੇ ਦੋਸਤੋ ਮਿਲ ਜਾਈ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਆਪਣਾ ਖਿਆਲ ਰੱਖਿਓ ਤੇ ਚੜਦੀ ਕਲਾ ਵਿੱਚ ਰਹੋ ਚੈਨਲ ਸਬਸਕ੍ਰਾਈਬ ਕਰ ਲਿਓ ਸਪੋਰਟ ਕਰੋ ਇਸੇ ਤਰ੍ਹਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਤੇ ਮਿਲਦੇ ਹਾਂ ਜੀ ਵਿੱਚ ਧੰਨਵਾਦ ਥੈਂਕ ਯੂ ਰੱਬ ਰੱਖਾ